से इंस्ट्रूमेंट्स बजा लेते हैं? तबला, ढोलक, ड्रम, ढोलकी, ढोल और दरबुक्का एंड जैम्बे। कब से बजा रहे हो आप? मैं जब 5 ईयर्स का था तब से बजा रहा हूँ। इतना टैलेंटेड है बच्चा है, इन्हों इसके अलावा पढ़ने का भी शौक है और इंग्लिश इसका फेवरेट सब्जेक्ट है, बट अगर करियर की गल करिए म्यूजिशियन तो अलावा डीसी बनने का भी इन्हों शौक है। ਇਹ ਬਚਪਨ ਤੋਂ ਹੀ ਮਿਊਜ਼ਿਕ ਦੇ ਵੱਲ ਬਹੁਤ ਅਟਰੈਕਟ ਹੁੰਦਾ ਸੀ, ਇਹਨੂੰ ਮਿਊਜ਼ਿਕ ਬਹੁਤ ਅਟਰੈਕਟ ਕਰਦਾ ਸੀ, ਜਿੱਦਾਂ ਕਿਤੇ ਵੀ ਮਿਊਜ਼ਿਕ ਵੱਜਦਾ ਸੀ ਇਹਦਾ ਧਿਆਨ ਇੱਕਦਮ ਉਹ ਚੀਜ਼ਾਂ ਵੱਲ ਜਾਂਦਾ ਸੀ ਔਰ ਬਚਪਨ ਤੋਂ ਹੀ ਇਹਨੂੰ ਟੋਏ ਸ਼ੋਪ 'ਤੇ ਲੈ ਕੇ ਜਾਂਦੇ ਸੀ, ਇਹਨੂੰ ਕੋਈ ਟੋਏ ਨਹੀਂ ਪਸੰਦ ਆਉਂਦਾ ਸੀ, ਕੋਈ ਇੰਸਟਰੂਮੈਂਟ ਪਿਆ ਹੁੰਦਾ ਸੀ ਚਾਹੇ ਉਹ ਗਿਟਾਰ ਹੈ ਜਾਂ ਕਿਸੇ ਵੀ ਤਰ੍ਹਾਂ ਦਾ ਕੋਈ ਇੰਸਟਰੂਮੈਂਟ ਹੈ, ਅਤੇ ਉਹਦੇ ਵੱਲ ਭੱਜਦਾ ਸੀ ਬਚਪਨ ਤੋਂ। ਇੱਕ ਛੋਟੀ ਜਿਹੀ ਅਸੀਂ ਢੋਲਕੀ ਲਿਆ ਕੇ ਦਿੱਤੀ ਇਹਦੀ ਨਾਨੀ ਨੇ ਕਿ ਬੱਚੇ ਦਾ ਧਿਆਨ ਮਿਊਜ਼ਿਕ ਵਾਲਾ ਹੈ, ਉਹ ਗਲੇ 'ਚ ਪਾ ਕੇ ਸਾਰਾ ਟਾਈਮ ਆਪਣੀ ਢੋਲਕੀ ਵਜਾਉਂਦਾ ਰਹਿੰਦਾ ਸੀ। ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਤੁਹਾਡਾ ਕੋਈ ਕੰਮ ਹੈ ਤੁਸੀਂ ਅੱਗੇ ਆਓ, ਅਤੇ ਮੈਂ ਸਾਈਨ ਜਿੱਥੇ ਵੀ ਕਰਨੇ, ਮੈਂ ਕਿਹਾ ਸਰ ਕੰਮ ਨਹੀਂ ਹੈ, ਐਕਚੁਅਲੀ ਬੱਚਾ ਤੁਹਾਨੂੰ ਮਿਲਣਾ ਚਾਹੁੰਦਾ ਅਤੇ ਇਹ ਵੇਖਣਾ ਚਾਹੁੰਦਾ ਸੀ ਕਿ ਡੀਸੀ ਸਾਹਿਬ ਕੰਮ ਕਿੱਦਾਂ ਕਰਦੇ ਨੇ, ਅਤੇ ਅਸੀਂ ਪਿਛਲੀ ਚੇਅਰਸ 'ਤੇ ਜਾ ਕੇ ਬੈਠੇ ਰਹੇ, ਅਸੀਂ 15 ਮਿੰਟ ਉਹਨਾਂ ਦੇ ਔਫਿਸ 'ਚ ਬੈਠੇ ਰਹੇ ਅਤੇ ਬੜੇ ਧਿਆਨ ਨਾਲ ਦੇਖਦਾ ਰਿਹਾ। ਇਹਦੇ ਹੱਥ ਚਾਹੇ ਖਾਣਾ ਖਾਣਾ ਹੈ ਪਲੇਟ ਵਜਾਉਣੀ ਸ਼ੁਰੂ ਕਰ ਦਿੰਦਾ ਹੈ, ਇਹਦੇ ਹੱਥ ਜੇ ਕਟੋਰੀ ਹੈ ਕਟੋਰੀ ਵਜਾਏਗਾ, ਇਹਦੇ ਹੱਥ ਤੁਸੀਂ ਕੋਈ ਵੀ ਚੀਜ਼ ਦੇ ਦਿਉ ਬਸ ਇਹਦੀਆਂ ਉਂਗਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ। ਸਮਟਾਈਮ ਜਿੱਦਾਂ ਅਸੀਂ ਟੀਚਰ ਹੁੰਦੇ ਨਹੀਂ ਦਿਲ ਕਰਦਾ ਕਿ ਸ਼ੋਰ ਸ਼ਰਾਬਾ ਸੁਣਨ ਨੂੰ, ਪਰ ਇਹਨੂੰ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ, ਇਹ ਬੈੱਡ ਦਾ ਢੋ ਕਿ ਹਰ ਇੱਕ ਚੀਜ਼ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ, ਇਹ ਉਹ ਚੀਜ਼ ਦੇ ਉੱਤੇ ਆਪਣੀ ਜੋ ਇਹਦੇ ਮਾਇੰਡ 'ਚ ਰਿਦਮ ਚੱਲਦੀ ਹੁੰਦੀ ਹੈ ਉੱਥੇ ਹਰ ਇੱਕ ਚੀਜ਼ ਦੇ ਉੱਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿਉ। ਅਤੇ ਸਵਾਗਤ ਹੈ ਇੱਕ ਵਾਰ ਫਿਰ ਤੁਹਾਡਾ ਤੁਹਾਡੇ ਆਪਣੇ ਚੈਨਲ ਡੇਲੀ ਪੋਸਟ ਪੰਜਾਬੀ ਦੇ ਵਿੱਚ। ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਹਰ ਵਾਰ ਮੈਂ ਤੁਹਾਡੇ ਸਾਹਮਣੇ ਇੱਕ ਨਵੀਂ ਸਟੋਰੀ ਦੇ ਨਾਲ ਹਾਜ਼ਰ ਹੁੰਦੀ ਹਾਂ, ਅਤੇ ਅੱਜ ਇੱਕ ਵਾਰ ਫਿਰ ਮੈਂ ਇੱਕ ਨਵੀਂ ਸਟੋਰੀ ਤੁਹਾਡੇ ਲਈ ਲੈ ਕੇ ਆਈ ਹਾਂ, ਔਰ ਇਹ ਹੈ ਇੱਕ ਮਾਸੂਮ 9 ਸਾਲ ਦਾ ਬੱਚਾ ਜੋ ਕਿ ਬੜੇ ਤਰ੍ਹਾਂ ਦੇ ਇੰਸਟਰੂਮੈਂਟਸ ਬਜਾ ਲੈਂਦਾ, ਅਤੇ ਸਿਰਫ ਇੰਨਾ ਹੀ ਨਹੀਂ, ਇਹ ਹੁਣ ਤੋਂ ਹੀ ਨਹੀਂ ਕਾਫੀ ਸਟਾਰਟਿੰਗ ਤੋਂ, ਯਾਨੀ ਕਿ ਤੁਸੀਂ ਕਹਿ ਸਕਦੇ ਹੋ ਕਿ ਜਨਮ ਤੋਂ ਹੀ ਇਹਦੇ ਅੰਦਰ ਇਹ ਟੈਲੈਂਟ ਜਿਹੜਾ ਸੀ ਇਹ ਭਰਿਆ ਹੋਇਆ ਸੀ। ਸੋ ਅੱਜ ਇਸ ਬੱਚੇ ਨਾਲ ਗੱਲਬਾਤ ਕਰਾਂਗੇ, ਨਾਲ ਹੀ ਇਹਦੇ ਪੇਰੈਂਟਸ ਨਾਲ ਵੀ ਗੱਲਬਾਤ ਕਰਾਂਗੇ ਅਤੇ ਇਸ ਟੈਲੈਂਟ ਦੇ ਬਾਰੇ ਹੋਰ ਜਾਣਾਂਗੇ। ਸੋ ਸਟਾਰਟ ਕਰਦੇ ਹਾਂ, ਸਭ ਤੋਂ ਪਹਿਲਾਂ ਬੱਚੇ ਨਾਲ ਗੱਲ ਕਰਦੇ ਹਾਂ। ਹੈਲੋ। ਹੈਲੋ, ਕੀ ਨੇਮ ਹੈ ਆਪਕਾ? ਮਾਰਕ ਸਿੰਘ। ਕਿੰਨੇ ਸਾਲ ਕੇ ਹੋ? 9 ਈਅਰਸ ਓਲਡ। 9 ਈਅਰਸ ਓਲਡ, ਕੈਸੇ ਹੋ ਆਪ? ਆਈ ਐਮ ਗੁੱਡ। ਕੌਣ ਸੀ ਕਲਾਸ ਮੇ ਪੜ੍ਹਤੇ ਹੋ? 3rd। ਕੌਣ ਸੇ ਸਕੂਲ ਮੇ? ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ। ਓਕੇ, ਤੋ ਇਹ ਜੋ ਆਪ ਅਭੀ ਇੰਸਟਰੂਮੈਂਟਸ ਯਹਾਂ ਆਪਕੇ ਸਾਹਮਣੇ ਰੱਖੇ ਹੋਏ ਹੈਂ, ਇਹ ਆਪ ਸਾਰੇ ਬਜਾ ਲੈਤੇ ਹੋ? ਯੈਸ। ਇਨਕੇ ਨਾਮ ਪਤਾ ਹੈ ਆਪਕੋ ਸਾਰੇ? ਯਾ ਇਹ 2 ਕੇ ਨਾਮ ਪਤਾ ਹੈ। ਕਿਆ ਨੇਮ ਹੈ? ਯੇ ਹਾਈ ਹੈਟ ਸਨੇਅਰ। ਔਰ ਕੌਨ ਕੌਨ ਸੇ ਇੰਸਟਰੂਮੈਂਟਸ ਬਜਾ ਲੈਤੇ ਹੈਂ? ਤਬਲਾ, ਢੋਲਕ, ਡਰਮ, ਢੋਲਕੀ, ਢੋਲ ਔਰ ਦਰਬੁੱਕਾ ਐਂਡ ਜੈਂਬੇ। ਯੇ ਕੈਸੇ ਆਪਕੋ ਸ਼ੌਂਕ ਪੜਾ, ਕਬ ਸੇ ਬਜਾ ਰਹੇ ਹੋ ਆਪ ਯੇ? ਮੈਂ ਜਬ 5 ਈਅਰਸ ਕਾ ਥਾ ਤਬ ਸੇ ਬਜਾ ਰਹਾ ਹੂੰ। ਕਬ ਸੇ ਬਜਾ ਰਹੇ ਹੋ? ਹਮਨੇ ਸੁਨਾ ਆਪ ਉਸਸੇ ਵੀ ਛੋਟੇ ਥੇ ਤਬ ਸੇ ਬਜਾ ਰਹੇ ਹੋ? ਹਾਂਜੀ। 5 ਸਾਲ ਸੇ, ਲੇਕਿਨ ਆਪਕੋ ਯਾਦ ਹੈ ਕਿ ਆਪ 5 ਸਾਲ ਸੇ ਅੱਛੇ ਸੇ ਬਜਾ ਪਾ ਰਹੇ ਹੋ? ਆਪਕਾ ਫੇਵਰੇਟ ਕੌਨ ਸਾ ਇਨਮੇ ਸੇ? ਤਬਲਾ। ਤਬਲਾ ਫੇਵਰੇਟ ਹੈ, ਕਿਉਂ?
क्योंकि वो बहुत अच्छा इंस्ट्रूमेंट, मुझे बहुत अच्छा इंस्ट्रूमेंट लगता है। तो आप आगे चल के बड़े होके क्या बनना चाहते हो? मैं डीसी भी बनना चाहता हूँ और म्यूजिशियन भी बनना चाहता हूँ। डीसी भी बनना चाहते हो और म्यूजिशियन भी बनना चाहते हो, ऐसा कैसे पॉसिबल है? अच्छा, अगर आपको एक एक मौका मिले कि आप दोनों में से किसी एक को चूज कर सकते हो, तो आप क्या चूज करोगे? डीसी। डीसी चूज करोगे? ये छोड़ दोगे इतना टैलेंट जो आप में है? नहीं, वो छोड़ूंगा नहीं। छोड़ोगे नहीं तो कैसे बचाओगे फिर? डीसी को तो टाइम नहीं मिलेगा। मैं टाइम निकाल के आ जाऊंगा। टाइम निकाल के आ जाओगे? अच्छा, इसके अलावा आपको क्या स्टडी का भी शौक है, पढ़ते हो आप? यस। कौन सा सब्जेक्ट फेवरेट है? इंग्लिश। इंग्लिश क्यों? क्योंकि इंग्लिश में ग्रामर बहुत अच्छा लगता है। ग्रामर अच्छा लगता है? सो इन्ना टैलेंटेड बच्चा है, इन्हों इस अलावा पढ़ने का भी शौक है और इंग्लिश इसका फेवरेट सब्जेक्ट है। बट अगर करियर की गल करिए, म्यूजिशियन तो अलावा डीसी बनने का भी इन्हों शौक है। अच्छा, स्पोर्ट्स खेलते हो, गेम्स खेलते हो? नो, गेम्स नहीं खेलते। नो, कुछ भी नहीं खेलते, बस आपको ये म्यूजिक का ही शौक है? मुझे क्रिकेट में इंटरेस्ट है। क्रिकेट में इंटरेस्ट? ते अपा एदे पेरेंट्स भी साढ़े नाल मौजूद है, दस दिए पेरेंट्स नाल गल करांगे जो सानू खुल के दस सकते हैं कि किवें इस बच्चे दे अंदर जिहड़ा इन्ना टैलेंट आया। सो सर, सब तो पहला ये दसो दे अंदर ये टैलेंट जिहड़ा है किवें स्टार्ट होया, तुहानू किवें पता लग्गा इहदे च म्यूजिक दा ही हैगा? ये बचपन तो ही म्यूजिक दे वल बहुत अट्रैक्ट हुंदा सी, इहनू म्यूजिक बहुत अट्रैक्ट करदा सी, जिद्दां किते वी म्यूजिक वजदा सी इहदा ध्यान एकदम उह चीज़ां वल जांदा सी। और बचपन तो ही और इन्हू टॉय शॉप तो लैके जाते हैं, इन्हू कोई टॉय नहीं पसंद आता, कोई इंस्ट्रूमेंट पिया हों, चाहे वह गिटार है या किसी भी तरह का कोई इंस्ट्रूमेंट है, तो वो वाल भजदा सी बचपन तो। और स्पैशली असी नोट किया कि जो बहुत छोटा जहा तो समटाइम सुते सुते भी ये हाथ चलते, जो बच्चे करवट लेंदे ने अपन उंगलियाँ इदा चला के फिर करवट लेंदा हों, बड़े हैरान होंगे सी ये चीज़ा तो। वैसे बचपन तो ही मैं भी म्यूजिक दे विच, इहदी मम्मा भी म्यूजिक दे विच ही है ना, ते गांदे वजांदे रहे असी बचपन तो ही, ते बट जदों ये चीज़ सानू पता चली और असी देखिया कि ये इंस्ट्रूमेंट्स वाल बहुत ज़्यादा भजदा, ते असी इहनू स्टार्टिंग जिहड़ी सी ढोलकी तो कीती, एक छोटी जी असी ढोलकी लिया के दित्ती इहदी नानी ने कि बच्चे दा ध्यान म्यूजिक वाल है, और गले च पा के सारा टाइम अपनी ढोलकी वजांदा रहिंदा सी। फिर थोड़ा तो वड्डा हुंदा गया, ये वीडियोस वगैरह देखनिया शुरू करतीयां ने, फिर तबला, दरबुका, फिर तो कई इंस्ट्रूमेंट के नाम सानू भी नहीं पता सी, ते जो जो इंस्ट्रूमेंट्स इहनू पसंद आ गए और फिर वो इंस्ट्रूमेंट जदों असीं इहनू लिया के दित्ते, ते इहने बाय गिफ्टेड ना, गॉड गिफ्टेड जिस कह दिंदे आ, ते इहने सारे ही वो मतलब एक परफेक्शन दे नाल वजाने शुरू करते। सानू बड़ा अच्छा लगता जदों ये वजांदा है। अज साढ़े 3 घंटे का जदों चर्च चलता है, पूरे चर्च के वर्शिप दे नाल एक एज ए ड्रम्स ड्रमर बन के जां तबला प्लेयर बन के जां ढोल प्लेयर बन के साढ़े नाल पूरी वर्शिप दे विच 3-4 घंटे कंटिन्यूली साढ़े नाल बजांदा। ते जिवें तुसीं कहा कि बहुत छोटे हुंदे तो ही इह इह चीज़ जिहड़ी है करदा आ रहा, बजांदा आ रहा, पर इहदा कहना है कि वड्डे होके इहदा जिहड़ा इंट्रस्ट है उह म्यूजिशियन तो अलावा डीसी दा भी इहने नाम लिया। हालांकि बच्चे छोटे आ, चलो वड्डे हुंदे हुंदे करियर चेंज भी कर लैंदे हुंदे आ, सोच भी बदल लैंदे कि नहीं हुण मैं आ नहीं आ बनना, फिर इहदे ते की कहना चाहोगे अगर ये कल नूं बोले कि मैं आ नहीं बनना, मैं तां इस करियर च नहीं। इहदा जो फोकस है असीं कदी भी डिस्ट्रैक्ट नहीं करांगे इहनूं इहदे फोकस तों। बच्चा जे अज सोचदा है ते हो सकदा कल नूं जाके बने भी, क्योंकि इहनूं बहुत शौक है। मैनूं एक दिन कहिंदा सी पापा मैं डीसी साहब नाल मिलना, ते मैं स्पैशली इहनूं डीसी साहब नाल जाके मिलवाया, ते डीसी साहब बहुत खुश होए और मैं क्या क्यों मिलना चाहुंदा बच्चे तों, कहिंदा पापा मैं देखना कि डीसी साहब कम किदां करदे ने।
ਅਸੀਂ 10-15 ਮਿੰਟ ਡੀਸੀ ਸਾਹਿਬ ਨੇ ਸਾਨੂੰ ਬੁਲਾਇਆ ਤੁਹਾਡਾ ਕੋਈ ਕੰਮ ਹੈ ਤੁਸੀਂ ਅੱਗੇ ਆਓ ਅਤੇ ਮੈਂ ਸਾਈਨ ਜਿੱਥੇ ਵੀ ਕਰਨੇ ਮੈਂ ਕਿਹਾ ਸਰ ਕੰਮ ਨਹੀਂ ਹੈ ਐਕਚੁਅਲੀ ਬੱਚਾ ਤੁਹਾਨੂੰ ਮਿਲਣਾ ਚਾਹੁੰਦਾ ਅਤੇ ਇਹ ਵੇਖਣਾ ਚਾਹੁੰਦਾ ਸੀ ਕਿ ਡੀਸੀ ਸਾਹਿਬ ਕੰਮ ਕਿੱਦਾਂ ਕਰਦੇ ਨੇ ਅਤੇ ਅਸੀਂ ਪਿਛਲੀ ਚੇਅਰਸ 'ਤੇ ਜਾ ਕੇ ਬੈਠੇ ਰਹੇ ਅਸੀਂ 15 ਮਿੰਟ ਉਹਨਾਂ ਦੇ ਔਫਿਸ 'ਚ ਬੈਠੇ ਰਹੇ ਅਤੇ ਬੜੇ ਧਿਆਨ ਨਾਲ ਦੇਖਦਾ ਰਿਹਾ ਅਤੇ ਇਹਨੂੰ ਗੋਡ ਗਿਫਟ ਹੈ ਮਿਊਜ਼ਿਕ ਅਤੇ ਅੱਗੇ ਆਪਣੀ ਜੇ ਪ੍ਰੋਪਰ ਸਟੱਡੀ ਕਰੇਗਾ ਅਤੇ ਇਹਦਾ ਕੋਈ ਵੀ ਗੋਲ ਹੋ ਸਕਦਾ ਜ਼ਿੰਦਗੀ ਦਾ ਅਸੀਂ ਐਜ਼ ਏ ਪੇਰੈਂਟਸ ਇਹਦਾ ਪੂਰਾ ਸਾਥ ਦੇਵਾਂਗੇ ਇਹ ਬੋਲੇਗਾ ਕਿ ਮੈਂ ਮਿਊਜ਼ੀਸ਼ੀਅਨ ਨਹੀਂ ਬਣਨਾ ਹੁਣ ਮੇਰਾ ਇੰਟਰਸਟ ਨਹੀਂ ਰਿਹਾ ਮੈਂ ਕਿਸੇ ਹੋਰ ਫੀਲਡ 'ਚ ਆਪਣਾ ਕਰੀਅਰ ਬਣਾਉਣਾ ਇੱਕ ਗੱਲ ਹੈ ਕਿ ਇਹ ਕਰੀਅਰ ਕਿੱਥੇ ਵੀ ਬਣਾ ਲਏ ਜਿੱਦਾਂ ਅਸੀਂ ਚਰਚ ਦੇ ਨਾਲ ਜੁੜੇ ਹੋਏ ਲੋਕ ਹਾਂ ਅਤੇ ਚਰਚ ਦੇ ਵਿੱਚ ਤਾਂ ਵਰਸ਼ਿਪ ਸੰਡੇ ਦੇ ਸੰਡੇ ਇਹਨੂੰ ਜੋ ਵੀ ਇਹਦੇ ਜੀਵਨ ਦੀ ਸੇਵਾ ਹੋਏਗੀ ਇੱਕ ਮਿਊਜ਼ੀਸ਼ੀਅਨ ਦੇ ਤੌਰ 'ਤੇ ਇਹਨੂੰ ਨਿਭਾਉਣੀ ਪਏਗੀ ਹਾਂਜੀ ਅਤੇ ਕੁਛ ਮਤਲਬ ਇੱਦਾਂ ਸ਼ਰਾਰਤਾਂ ਵਗੈਰਾ ਵੱਲ ਵੀ ਤਾਂ ਧਿਆਨ ਹੈ ਸ਼ਰਾਰਤਾਂ ਵੀ ਕਰਦਾ ਜਿਵੇਂ ਬੱਚੇ ਤਾਂ ਬੱਚਿਆਂ ਨੂੰ ਤਾਂ ਇੰਨੀ ਨੌਲੇਜ ਹੁੰਦੀ ਨਹੀਂ ਇੰਨੀ ਛੋਟੀ ਏਜ ਦੇ ਵਿੱਚ ਜਿੱਦਾਂ ਅੱਜ ਇੰਨੇ ਇੰਸਟਰੂਮੈਂਟਸ ਬਜਾ ਰਿਹਾ ਸ਼ਰਾਰਤਾਂ ਇਹਦੀਆਂ ਕੋਈ ਇੱਦਾਂ ਨਹੀਂ ਹੈ ਕਿ ਕੋਈ ਤੋੜ ਭੰਨ ਕਰਦਾ ਜਾਂ ਘਰੋਂ ਬਾਹਰ ਨਿਕਲ ਜਾਂਦਾ ਜਾਂ ਪੇਰੈਂਟਸ ਨੂੰ ਟੈਨਸ਼ਨ ਰਹਿੰਦੀ ਸ਼ਰਾਰਤਾਂ ਇਹਦੀਆਂ ਇਹੀ ਨੇ ਕਿ ਇਹਨੇ ਹਰ ਇੱਕ ਚੀਜ਼ ਨੂੰ ਵਜਾਉਂਦਾ ਹੈ ਨਾ ਇਹਦੇ ਹੱਥ ਚਾਹੇ ਖਾਣਾ ਖਾਣਾ ਹੈ ਪਲੇਟ ਵਜਾਉਣੀ ਸ਼ੁਰੂ ਕਰ ਦਿੰਦਾ ਹੈ ਇਹਦੇ ਹੱਥ ਜੇ ਕਟੋਰੀ ਹੈ ਕਟੋਰੀ ਵਜਾਏਗਾ ਇਹਦੇ ਹੱਥ ਤੁਸੀਂ ਕੋਈ ਵੀ ਚੀਜ਼ ਦੇ ਦਿਉ ਬਸ ਇਹਦੀਆਂ ਉਂਗਲੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਮਟਾਈਮ ਜਿੱਦਾਂ ਅਸੀਂ ਟੀਚਰ ਹੁੰਦੇ ਨਹੀਂ ਦਿਲ ਕਰਦਾ ਕਿ ਸ਼ੋਰ ਸ਼ਰਾਬਾ ਸੁਣਨ ਨੂੰ ਪਰ ਇਹਨੂੰ ਉਹ ਚੀਜ਼ਾਂ ਨਾਲ ਫਰਕ ਨਹੀਂ ਪੈਂਦਾ ਇਹ ਬੈੱਡ ਦਾ ਢੋ ਕਿ ਹਰ ਇੱਕ ਚੀਜ਼ ਜਿਹੜੀ ਤੁਸੀਂ ਸੋਚ ਵੀ ਨਹੀਂ ਸਕਦੇ ਇਹ ਉਹ ਚੀਜ਼ ਦੇ ਉੱਤੇ ਆਪਣੀ ਜੋ ਇਹਦੇ ਮਾਇੰਡ 'ਚ ਰਿਦਮ ਚੱਲਦੀ ਹੁੰਦੀ ਹੈ ਉੱਥੇ ਹਰ ਇੱਕ ਚੀਜ਼ ਦੇ ਉੱਤੇ ਪ੍ਰੈਕਟਿਸ ਕਰਨੀ ਸ਼ੁਰੂ ਕਰ ਦਿੰਦਾ ਤੁਸੀਂ ਕਦੇ ਸੋਚਿਆ ਨਹੀਂ ਸਰ ਕਿ ਇੰਨਾ ਸਾਡੇ ਬੱਚੇ 'ਚ ਟੈਲੈਂਟ ਹੈ ਇੰਨੇ ਜ਼ਿਆਦਾ ਇੰਸਟਰੂਮੈਂਟਸ ਵਧੀਆ ਬਜਾ ਲੈਂਦਾ ਅਤੇ ਇਹਨੂੰ ਆਪਾਂ ਅੱਗੇ ਵੀ ਕਿਸੇ ਰਿਐਲਿਟੀ ਸ਼ੋਅ ਦੇ ਵਿੱਚ ਇਹਨੂੰ ਭੇਜੀਏ ਨਹੀਂ ਐਜ਼ ਏ ਪੇਰੈਂਟਸ ਮਨ ਦੇ ਵਿੱਚ ਆਉਂਦਾ ਬਟ ਫਿਰ ਸਾਨੂੰ ਕਦੀ ਕਦੀ ਲੱਗਦਾ ਕਿ ਸਟੱਡੀ ਦੇ ਨਾਲ ਕੰਪਰੋਮਾਈਜ਼ ਨਾ ਹੋ ਜਾਏ ਕਿਉਂਕਿ ਮੋਸਟਲੀ ਮਿਊਜ਼ਿਕ ਵਾਲੇ ਜਿਹੜੇ ਹੁੰਦੇ ਨੇ ਟੈਲੈਂਟਡ ਹੁੰਦੇ ਨੇ ਬਟ ਕੋਈ ਇਹਨਾਂ ਦੀ ਸਟੱਡੀ ਹਿਸਟਰੀ ਜੇ ਦੇਖੀਏ ਜਿੰਨੇ ਵੀ ਲੈਜੈਂਡ ਹੋਏ ਨੇ ਕੋਈ ਬਹੁਤ ਅੱਛੀ ਨਹੀਂ ਹੁੰਦੀ ਬਸ ਉਹੀ ਚੀਜ਼ ਦਾ ਸਾਨੂੰ ਡਰ ਲੱਗਦਾ ਕਿ ਸਟੱਡੀ ਤੋਂ ਥੋੜ੍ਹਾ ਨਾ ਭਟਕ ਜਾਏ ਅਤੇ ਸਰ ਜਿਵੇਂ ਕਿ ਕਹਿੰਦਾ ਕਿ ਮੈਂ ਸਾਰੇ ਇੰਸਟਰੂਮੈਂਟਸ ਬਜਾ ਲੈਂਦਾ ਇਹਨੇ ਕੁਛ ਆਪਣੇ ਫੇਵਰੇਟਸ ਵੀ ਦੱਸੇ ਅਤੇ ਹੁਣ ਅਗਰ ਆਪਾਂ ਕੁਛ ਸੁਣਨਾ ਚਾਹੀਏ ਇਹਦੇ ਵੱਲੋਂ ਕਿ ਕੁਛ ਪਲੇ ਕਰਕੇ ਦਿਖਾ ਦੇਵੇ ਹਾਂਜੀ ਹਾਂਜੀ ਬਿਲਕੁਲ ਇਹਦੇ ਨਾਲ ਅਸੀਂ ਕਿਉਂਕਿ ਭਜਨ ਗਾਵਾਂਗੇ ਅਤੇ ਦੇਖਿਓ ਤੁਸੀਂ ਵਜਾਏਗਾ ਪ੍ਰੋਪਰ ਵਜਾਏਗਾ ਜੀ ਸ਼ੋਰ ਅਤੇ ਸੁਣਦੇ ਹਾਂ ਆਪਾਂ ਥੋੜ੍ਹਾ ਜਿਹਾ ਕਿ ਕਿੱਦਾਂ ਇੰਸਟਰੂਮੈਂਟਸ ਇਹ ਪਲੇ ਕਰਦਾ यीशु तेरा नाम सबसे ऊंचा है यीशु तेरा नाम सबसे ऊंचा है यीशु तेरा नाम सबसे ऊंचा है जिस नाम में है बंदगी जिस नाम में है जिंद खुशी देता वो नाम चंगा जिस नाम में है बंदगी यीशु है वो नाम यीशु तेरा नाम सबसे ऊंचा है तेरा नाम
सबसे ऊंचा है। वेरी नाइस। सो ਤੁਸੀਂ ਦੇਖ ਸਕਦੇ ਹੋ ਕਿੰਨੇ ਮਤਲਬ ਇੱਕ ਇੰਨਾ ਛੋਟਾ ਜਿਹਾ ਬੱਚਾ ਉਹ ਵੀ ਬਿਨਾਂ ਸਿੱਖੇ ਤੋਂ ਸਟਾਰਟਿੰਗ ਤੋਂ ਹੀ ਇਹਦੇ ਅੰਦਰ ਕਹਿ ਲਓ ਕਿ ਚੀਜ਼ ਨੂੰ ਇਹ ਟੈਲੈਂਟ ਵਿਰਾਸਤ ਦੇ ਵਿੱਚ ਮਿਲਿਆ ਕਿਉਂਕਿ ਇਹ ਵੀ ਵਜਾਉਂਦੇ ਰਹੇ ਨੇ ਅਤੇ ਉਸ ਹਿਸਾਬ ਨਾਲ ਦੇਖਿਆ ਜਾਵੇ ਕਿ ਬੱਚੇ ਦੀ ਏਜ ਦੇ ਹਿਸਾਬ ਨਾਲ ਟੈਲੈਂਟ ਬਹੁਤ ਵੱਡਾ। ਸਰ ਕੋਈ ਮੈਸੇਜ ਤੁਸੀਂ ਉਹਨਾਂ ਪੇਰੈਂਟਸ ਨੂੰ ਦੇਣਾ ਚਾਹੋਗੇ ਜਿਨ੍ਹਾਂ ਨੂੰ ਲੱਗਦਾ ਸਾਡੇ ਬੱਚੇ ਦੇ ਅੰਦਰ ਕੋਈ ਟੈਲੈਂਟ ਨਹੀਂ ਹੈ ਜਾਂ ਫਿਰ ਟੈਲੈਂਟ ਹੁੰਦੇ ਹੋਏ ਵੀ ਉਹਨਾਂ ਨੂੰ ਸੋਚ ਅਤੇ ਆਪਣੀ ਜਿਹੜੀ ਉਹਨਾਂ ਦੀ ਜ਼ਿੰਮੇਵਾਰੀਆਂ ਕਰਕੇ ਆਪਣੇ ਉਹਦੇ ਕਰਕੇ ਡ੍ਰੀਮਸ ਕਰਕੇ ਕਿਉਂਕਿ ਸਾਡਾ ਇਹ ਡ੍ਰੀਮ ਹੈ ਅਤੇ ਅਸੀਂ ਚਾਹੁੰਦੇ ਸਾਡਾ ਬੱਚਾ ਆਹੀ ਕਰੇ ਉਹਨਾਂ ਦੇ ਡ੍ਰੀਮਸ ਮਾਰ ਦਿੰਦੇ ਆ। ਉਹਨਾਂ ਪੇਰੈਂਟਸ ਨੂੰ ਇਹੀ ਮੈਸੇਜ ਹੈ ਕਿ ਤੁਸੀਂ ਆਪਣੇ ਬੱਚੇ ਦੇ ਅੰਦਰ ਇੱਕ ਟੈਲੈਂਟ ਨੂੰ ਦੇਖੋ ਕਿ ਬੱਚੇ ਦੇ ਅੰਦਰ ਕੀ ਟੈਲੈਂਟ ਹੈ। ਕਦੀ ਵੀ ਛੋਟੇ ਬੱਚਿਆਂ ਨੂੰ ਨਾ ਫੋਰਸ ਕਰੀਏ। ਮੈਨੂੰ ਲੱਗਦਾ ਕਿ ਜਦ ਤੱਕ ਅਸੀਂ ਬੱਚਿਆਂ ਨੂੰ ਕੰਪਰੈਸ ਕਰ ਦਿੰਦੇ ਹਾਂ, ਜਦੋਂ ਪ੍ਰੈਸ ਕਰ ਦਿੰਦੇ ਹਾਂ ਕਿ ਨਹੀਂ ਬੱਚੇ ਤੁਸੀਂ ਆਹੀ ਬਣਨਾ ਉਹੀ ਬਣਨਾ, ਅਤੇ ਬੱਚੇ ਜਿਹੜੇ ਨੇ ਇਹ ਆਪਾਂ ਕਹਿ ਸਕਦੇ ਹਾਂ ਕਿ ਟੈਲੈਂਟ ਦਾ ਭੰਡਾਰ ਹੁੰਦੇ ਨੇ। ਕਈ ਬੱਚਿਆਂ ਦੇ ਉੱਤੇ ਐਜ਼ ਏ ਟੀਚਰ ਜੋ ਮੇਰਾ ਐਕਸਪੀਰੀਅੰਸ ਹੈ ਕਿ ਮੈਂ ਦੇਖਿਆ ਕਿ ਬੱਚਿਆਂ ਨੂੰ ਪੇਰੈਂਟਸ ਕਹਿੰਦੇ ਬੱਚੇ ਇਤਨੇ ਨੰਬਰ ਲੈ ਕੇ ਆਉਣੇ ਜਾਂ ਆਹ ਸਬਜੈਕਟ ਤੁਹਾਡਾ ਫੇਵਰੇਟ ਹੋਣਾ ਚਾਹੀਦਾ, ਇੱਦਾਂ ਨਹੀਂ ਹੈ। ਇਹੀ ਮੈਸੇਜ ਹੈ ਕਿ ਆਪਣੇ ਬੱਚਿਆਂ ਨੂੰ ਤੁਸੀਂ ਇੱਕ ਆਜ਼ਾਦੀ ਦਿਓ ਤਾਂ ਕਿ ਉਹਨਾਂ ਦਾ ਟੈਲੈਂਟ ਜਿਹੜਾ ਹੈ, ਹਿਡਨ ਟੈਲੈਂਟ ਬੱਚਿਆਂ ਦੇ ਅੰਦਰ ਹੁੰਦੇ ਨੇ, ਉਹਨਾਂ ਦੇ ਟੈਲੈਂਟ ਨੂੰ ਲੱਭਣ ਦੀ ਕੋਸ਼ਿਸ਼ ਕੀਤੀ ਜਾਵੇ ਕਿ ਤੁਹਾਡੇ ਬੱਚੇ 'ਚ, ਕਿਉਂਕਿ ਹਰ ਇੱਕ ਬੱਚੇ ਦੇ ਅੰਦਰ ਕੋਈ ਨਾ ਕੋਈ ਕਿਸੇ ਵੀ ਤਰ੍ਹਾਂ ਦਾ ਟੈਲੈਂਟ ਜੋ ਮੈਂ ਸੋਚਦਾ ਕਿ ਜ਼ਰੂਰ ਹੁੰਦਾ ਹੈ। ਔਰ ਅਸੀਂ ਜਦੋਂ ਦੇਖਿਆ ਸਾਡੇ ਬੱਚੇ ਦੇ ਅੰਦਰ ਮਿਊਜ਼ਿਕ ਦਾ ਟੈਲੈਂਟ ਹੈ ਔਰ ਅਸੀਂ ਇਹਨੂੰ ਹੀ ਅੱਗੇ ਲੈ ਕੇ ਗਏ। ਸੋ ਇਹ ਸੀ ਮਾਰਕ ਸਿੰਘ ਅਤੇ ਇਹ ਸੀ ਉਹਦੀ ਸਟੋਰੀ। ਬਹੁਤ ਹੀ ਟੈਲੈਂਟਡ ਬੱਚਾ ਜਿਹੜਾ ਕਿ ਇੰਨੀ ਛੋਟੀ ਏਜ ਦੇ ਵਿੱਚ ਬਚਪਨ ਤੋਂ ਹੀ ਕਹਿ ਲਓ, ਕਿਉਂਕਿ ਹੁਣ ਵੀ ਬਚਪਨ 'ਚ ਹੀ ਆ ਆਪਣੇ, ਲੇਕਿਨ 1 ਸਾਲ ਦੀ ਉਮਰ 'ਚ ਤੋਂ ਹੀ ਇਹ ਚੀਜ਼ਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਸੀ ਇਹਨੇ, ਜਿਵੇਂ ਕਹਿ ਸਕਦੇ ਹਾਂ ਹੋਣਹਾਰ ਵਿਰਵਾਨ ਕੇ ਹੋਤ ਚਿਕਨੇ ਪਾਤ। ਜਿਹਦੇ 'ਚ ਟੈਲੈਂਟ ਹੁੰਦਾ ਉਹ ਸ਼ੁਰੂ ਤੋਂ ਹੀ ਉਹ ਚੀਜ਼ਾਂ ਜਿਹੜੀਆਂ ਦਿਖਣੀਆਂ ਸ਼ੁਰੂ ਹੋ ਜਾਂਦੀਆਂ, ਅਤੇ ਅੱਜ ਇਹ 9 ਸਾਲ ਦੀ ਉਮਰ ਤੱਕ ਪਹੁੰਚਦੇ ਇੰਨਾ ਕੁ ਜ਼ਿਆਦਾ ਐਕਸਪੀਰੀਅੰਸਡ ਹੋ ਚੁੱਕਾ ਹੈ। ਤੁਸੀਂ ਦੇਖ ਕੇ ਕਹਿ ਨਹੀਂ ਸਕਦੇ ਕਿ ਇਹ ਜਿਹੜੀ ਕਲਾ ਹੈ ਇਹ ਸਿੱਖੀ ਸਿਖਾਈ ਹੈ, ਖੁਦ ਆਪਣੇ ਆਪ ਸਿੱਖਿਆ ਹੈ ਅਤੇ ਇੰਨਾ ਵਧੀਆ ਵਜਾਉਂਦਾ ਹੈ, ਕਹਿ ਨਹੀਂ ਸਕਦੇ ਕਿ ਇੱਕ ਛੋਟਾ ਜਿਹਾ ਬੱਚਾ ਇੱਦਾਂ ਲੱਗਦਾ ਕਿ ਬਹੁਤ ਜ਼ਿਆਦਾ ਐਕਸਪੀਰੀਅੰਸਡ ਹੋਊਗਾ, ਮੈਚਿਓਰ ਹੋਊਗਾ, ਲੇਕਿਨ ਦੇਖ ਕੇ ਤੁਸੀਂ ਹੈਰਾਨ ਹੋ ਜਾਓਗੇ। ਮਾਰਕ ਸਿੰਘ ਸੀ ਇਹ, ਅਤੇ ਇੱਦਾਂ ਦੀ ਹੋਰ ਸਟੋਰੀਜ਼ ਮੈਂ ਤੁਹਾਡੇ ਲਈ ਅੱਗੇ ਵੀ ਲੈ ਕੇ ਆਉਂਦੀ ਰਹੂੰਗੀ। ਇਹ ਸਟੋਰੀ ਕਿਵੇਂ ਦੀ ਲੱਗੀ ਕਮੈਂਟ ਬਾਕਸ ਵਿੱਚ ਜ਼ਰੂਰ ਦੱਸਣਾ, ਅਤੇ ਇਹੋ ਜਿਹੀ ਹੋਰ ਅਪਡੇਟਸ ਲਈ ਜੁੜੇ ਰਹੋ ਡੇਲੀ ਪੋਸਟ ਪੰਜਾਬੀ ਦੇ ਨਾਲ।